ਬਹੁਤ ਹੀ ਅੱਛਾ ਪੈਕੇਜ ਹੈ। ਕਿਸੇ ਨੇ ਆਪਣਾ ਹੱਸਣਾ ਹੈ, ਫੈਮਲੀ ਨਾਲ ਆਉਣਾ ਹੈ। ਸਮੀਪ ਜੀ ਦੀ ਐਕਟਿੰਗ ਬਹੁਤ ਅੱਛੀ ਸੀ, ਡਾਇਰੈਕਸ਼ਨ ਐਕਟਿੰਗ ਦੋਨੋਂ, ਵੀਨੂ ਢਿੱਲੋਂ ਜੀ ਦੀ ਐਕਟਿੰਗ ਤਾਂ ਆਲਵੇਜ਼ ਗੁੱਡ, ਪੂਜਾ ਮੈਮ ਦੀ ਵੀ ਬੜੀ ਅੱਛੀ ਸੀਗੀ। ਤੋ ਓਵਰਆਲ ਇੱਕ ਫੈਮਲੀ ਅਤੇ ਇੰਟਰਟੇਨਮੈਂਟ ਪੈਕੇਜ ਹੈ ਅਤੇ ਮੈਂ ਕਹੂੰਗਾ ਅਤੇ ਸਾਰੇ ਆ ਕੇ ਦੇਖਣ ਲਈ। ਅਸੀਂ ਪੈਸੇ ਭਰ ਕਹਿੰਦੇ ਫਿਲਮ ਜਿਹੜਾ ਹੁੰਦਾ, ਕਹਿੰਦੇ ਯਾਰ ਫਿਲਮ ਦੀ ਵਸੂਲੀ ਵੀ ਨਹੀਂ ਹੋਈ। ਮੈਂ ਆਪਣਾ ਨੰਬਰ ਦੇ ਦੇਣਾ, ਤੁਸੀਂ ਮੇਰੇ ਤੋਂ ਵਸੂਲੀ ਕਰ ਲਿਓ। ਲੱਗੀ ਮੂਵੀ ਬਹੁਤ ਅੱਛੀ ਲੱਗੀ, ਫਰੋਮ ਵੈਰੀ ਸਟਾਰਟ ਆਫ ਦ ਮੂਵੀ ਟਿਲ ਦੀ ਐਂਡ, ਹੱਸ ਹੱਸ ਕੇ ਪਾਗਲ ਹੋ ਜਾਓਗੇ ਤੁਸੀਂ, ਬਹੁਤ ਵਧੀਆ। ਬੜੀ ਕਮ ਪਰਿਵਾਰਿਕ ਮੂਵੀ ਆਤੀ ਹੈ ਤੋ ਸਭ ਕੇ ਸਾਥ ਦੇਖਣੇ ਲਾਇਕ ਹੈ। ਪਰਿਵਾਰ ਨਾਲ ਫਿਲਮਾਂ ਵੇਖਣ ਆਉਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਫਿਲਮ ਉਹ ਠੱਗਿਆ ਜਿਹਾ ਮਹਿਸੂਸ ਕਰਦੇ ਨੇ, ਉਹਨਾਂ ਨੂੰ ਉਹ ਕਸਵੱਟੀ 'ਤੇ ਪੂਰੀਆਂ ਨਹੀਂ ਉਤਰਦੀਆਂ ਫਿਲਮਾਂ। ਪਰ ਅੱਜ ਵਾਲੀ ਫਿਲਮ ਜੋ ਆਪਾਂ ਵੇਖੀ ਹੈ ਬੜੀ ਵਧੀਆ ਸੀ, ਇੰਜੋਏ ਸੀ। ਮੈਂ ਤਾਂ ਵਧੀਆ ਇਹਨੂੰ ਕਹੂੰਗਾ ਕਿ ਜੋ ਵੀ ਆਪਾਂ ਪੈਸੇ ਖਰਚ ਕੇ ਬੈਠੇ ਹਾਂ ਉਹ ਤੁਹਾਨੂੰ ਸੀਟ ਨਾਲ ਬੰਨੀ ਰੱਖੇ ਔਰ ਤੁਹਾਨੂੰ ਫੁੱਲ ਇੰਜੋਇਮੈਂਟ ਕਰਾਏ। ਅੱਜ ਵਾਲੀ ਫਿਲਮ ਨੇ ਇੰਜੋਏ ਤਾਂ ਕਰਾਇਆ ਹੀ ਹੈ ਅਤੇ ਵਧੀਆ ਉਹ ਸੀਗਾ। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਤੇ ਪੰਜਾਬੀ ਸਿਨੇਮਿਆਂ ਦੇ ਵਿੱਚ ਇੱਕ ਨਵੀਂ ਫਿਲਮ ਰਿਲੀਜ਼ ਹੋ ਚੁੱਕੀ ਹੈ। ਪੋਸਟਰ ਬਿਲਕੁਲ ਸਾਡੇ ਪਿੱਛੇ ਹੈ ਜਿੱਥੇ ਤੁਸੀਂ ਤਿੰਨ ਵੱਡੇ ਆਰਟਿਸਟ ਦੇਖ ਸਕਦੇ ਹੋ ਜਿਹੜੇ ਕਿ ਹਾਸਿਆਂ ਦੇ ਪੂਰੇ ਅਸੀਂ ਕਹਿ ਸਕਦੇ ਹਾਂ ਪਟਾਰੀ ਨੇ। ਤਾਂ ਇਹ ਫਿਲਮ ਜਿਹੜੀ ਲੋਕ ਦੇਖ ਕੇ ਬਾਹਰ ਆ ਚੁੱਕੇ ਨੇ ਤਾਂ ਉਹਨਾਂ ਤੋਂ ਜਾਣਦੇ ਹਾਂ ਕਿੱਦਾਂ ਲੱਗੀ ਮੂਵੀ। ਜਿਉਂਦੇ ਰਹੋ ਭੂਤ ਜੀ। ਲੱਗੀ ਮੂਵੀ ਬਹੁਤ ਅੱਛੀ ਲੱਗੀ, 2.5 ਘੰਟੇ ਕਹਾਂ ਗਏ ਪਤਾ ਹੀ ਨਹੀਂ ਚਲਾ। ਅਮ ਦਿੱਲੀ ਸੇ ਆਏ ਸਪੈਸ਼ਲੀ ਸਕ੍ਰੀਨਿੰਗ ਦੇਖਨੇ, ਸੋ ਬਹੁਤ ਮਜ਼ਾ ਆਇਆ। ਹੋਰ ਵੀ ਇੱਕ ਉਹ ਵੀ ਹਾਂਜੀ 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 ਅੱਜ ਪੰਜਾਬੀ ਸਿਨੇਮੇ ਵਾਸਤੇ, ਅਸੀਂ ਪੰਜਾਬ ਤੋਂ ਹੀ ਹਾਂ ਬਟ ਅਸੀਂ ਕਿਹਾ ਇੱਥੇ ਆ ਕੇ ਵੇਖਾਂਗੇ ਮੂਵੀ। ਬਹੁਤ ਬਹੁਤ ਮਜ਼ਾ ਆਇਆ, ਬਹੁਤ ਵਧੀਆ। ਫਰੋਮ ਵੈਰੀ ਸਟਾਰਟ ਆਫ ਦ ਮੂਵੀ ਟਿਲ ਦੀ ਐਂਡ, ਹੱਸ ਹੱਸ ਕੇ ਪਾਗਲ ਹੋ ਜਾਓਗੇ ਤੁਸੀਂ, ਬਹੁਤ ਵਧੀਆ। ਪਰਿਵਾਰਿਕ ਮੂਵੀ ਹੈ? ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਬੜੀ ਕਮ ਪਰਿਵਾਰਿਕ ਮੂਵੀ ਆਤੀ ਹੈ ਤੋ ਸਭ ਕੇ ਸਾਥ ਦੇਖਣੇ ਲਾਇਕ ਹੈ। ਪਰ ਕਿੰਨੇ ਦੇਣਾ ਚਾਹੋਗੇ? ਅਗਰ ਦੇਣਾ ਚਾਹੋਗੇ 5 out of 5, more than 5। ਬਹੁਤ ਹੀ ਅੱਛਾ ਪੈਕੇਜ ਹੈ। ਕਿਸੇ ਨੇ ਆਪਣਾ ਹੱਸਣਾ ਹੈ, ਫੈਮਲੀ ਨਾਲ ਆਉਣਾ ਹੈ। ਸਮੀਪ ਜੀ ਦੀ ਐਕਟਿੰਗ ਬਹੁਤ ਅੱਛੀ ਸੀ, ਡਾਇਰੈਕਸ਼ਨ ਐਕਟਿੰਗ ਦੋਨੋਂ, ਵੀਨੂ ਢਿੱਲੋਂ ਜੀ ਦੀ ਐਕਟਿੰਗ ਤਾਂ ਆਲਵੇਜ਼ ਗੁੱਡ, ਪੂਜਾ ਮੈਮ ਦੀ ਵੀ ਬੜੀ ਅੱਛੀ ਸੀਗੀ। ਤੋ ਓਵਰਆਲ ਇੱਕ ਫੈਮਲੀ ਅਤੇ ਇੰਟਰਟੇਨਮੈਂਟ ਪੈਕੇਜ ਹੈ ਅਤੇ ਮੈਂ ਕਹੂੰਗਾ ਅਤੇ ਸਾਰੇ ਆ ਕੇ ਦੇਖਣ ਲਈ। ਇੱਦਾਂ ਹੁੰਦਾ ਸੀ ਪੈਸੇ ਭਰ ਕਹਿੰਦੇ ਫਿਲਮ ਜਿਹੜਾ ਹੁੰਦਾ, ਕਹਿੰਦੇ ਯਾਰ ਫਿਲਮ ਦੀ ਵਸੂਲੀ ਵੀ ਨਹੀਂ ਹੋਈ। ਮੈਂ ਆਪਣਾ ਨੰਬਰ ਦੇ ਦੇਣਾ, ਤੁਸੀਂ ਮੇਰੇ ਤੋਂ ਵਸੂਲੀ ਕਰ ਲਿਓ, ਤੁਹਾਨੂੰ ਨਾ ਹੋਈ। ਹਾਂਜੀ 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 ਜੀ, ਕੋਈ ਨਹੀਂ ਦਿੰਦਾ। ਹਾਂਜੀ ਬਹੁਤ ਅੱਛੀ ਮੂਵੀ ਜੀ। ਭਾਜੀ ਕਿੱਦਾਂ ਲੱਗੀ ਮੂਵੀ? ਫਿਲਮ ਬੜੀ ਵਧੀਆ ਸੀ ਜੀ, ਕਿਉਂਕਿ ਸਮੀਪ ਕੰਗ ਜੀ ਆਪਣੀ ਇੱਕ ਛਾਪ ਛੱਡਣ 'ਚ ਤਾਂ ਕਾਮਯਾਬ ਹੋਏ ਨੇ ਆਪਣੇ ਪਿਛਲੇ ਸਮੇਂ ਤੋਂ, ਕਿ ਇਹਨਾਂ ਦੀਆਂ ਫਿਲਮਾਂ ਜੋ ਹੁੰਦੀਆਂ ਨੇ ਕਾਮੇਡੀ ਭਰਪੂਰ ਹੁੰਦੀਆਂ ਨੇ, ਅਤੇ ਬਹੁਤ ਘੱਟ ਇੱਦਾਂ ਦੇ ਪ੍ਰੋਡਿਊਸਰ ਡਾਇਰੈਕਟਰ ਨੇ ਜਿਨ੍ਹਾਂ ਦੇ ਨਾਂ ਨੂੰ ਲੋਕ ਫਿਲਮ ਵੇਖਣ ਜਾਂਦੇ ਨੇ। ਔਰ ਅੱਜ ਦੀ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਇੱਕ ਐਂ ਲੱਗਿਆ ਜਿਵੇਂ ਬੱਫੇ ਸੀਗਾ ਇਹਦੇ 'ਚ, ਵੀਨੂ ਢਿੱਲੋਂ ਜੀ, ਬੀ ਐਨ ਸ਼ਰਮਾ ਜੀ, ਸਮੀਪ ਕੰਗ ਜੀ। ਸਮੀਪ ਕੰਗ ਜੀ ਜਿਵੇਂ ਸਿਹਤ ਪੱਖੋਂ ਭਾਰੀ ਨੇ ਤਾਂ ਐਕਟਿੰਗ ਪੱਖੋਂ ਵੀ ਭਾਰੀ ਉਹਨਾਂ ਦਾ ਦੇਖਿਆ, ਕਿਤੇ ਵੀ ਉਹਨਾਂ ਦੀ ਐਕਟਿੰਗ ਅਲੱਗ ਨਹੀਂ ਲੱਗੀ ਅਤੇ ਬੜਾ ਇੰਜੋਏ ਕੀਤਾ। ਆਪਾਂ ਪੈਸਾ ਭਰ ਕੇ ਜਿਹੀ ਮੂਵੀ ਆਉਣੇ, ਕਹਿੰਦੇ ਪਰਿਵਾਰ ਨਾਲ ਆਉਣੇ, ਤਾਂ ਲੱਗਦਾ ਵੀ ਵਾਕਈ ਹੱਸ ਖੇਡ ਕੇ ਘਰੇ ਚੱਲਦੇ ਹਾਂ ਆਪਾਂ। ਉਹੀ ਮੈਂ ਇਸੇ ਗੱਲ 'ਤੇ ਹੀ ਆ ਰਿਹਾ ਸੀਗਾ ਜੀ, ਹੁੰਦਾ ਕੀ ਹੈ ਕਿ ਲੋਕ ਪਰਿਵਾਰ ਨਾਲ ਫਿਲਮਾਂ ਵੇਖਣ ਆਉਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਫਿਲਮ ਉਹ ਠੱਗਿਆ ਜਿਹਾ ਮਹਿਸੂਸ ਕਰਦੇ ਨੇ, ਉਹਨਾਂ ਨੂੰ ਉਹ ਕਸਵੱਟੀ 'ਤੇ ਪੂਰੀਆਂ ਨਹੀਂ ਉਤਰਦੀਆਂ ਫਿਲਮਾਂ। ਪਰ ਅੱਜ ਵਾਲੀ ਫਿਲਮ ਜੋ ਆਪਾਂ ਵੇਖੀ ਹੈ ਬੜੀ ਵਧੀਆ ਸੀ, ਇੰਜੋਏ ਸੀ। ਮੈਂ ਤਾਂ ਵਧੀਆ ਇਹਨੂੰ ਕਹੂੰਗਾ ਕਿ ਜੋ ਵੀ ਆਪਾਂ ਪੈਸੇ ਖਰਚ ਕੇ ਬੈਠੇ ਹਾਂ ਉਹ ਤੁਹਾਨੂੰ ਸੀਟ ਨਾਲ ਬੰਨੀ ਰੱਖੇ ਔਰ ਤੁਹਾਨੂੰ ਫੁੱਲ ਇੰਜੋਇਮੈਂਟ ਕਰਾਏ। ਅੱਜ ਵਾਲੀ ਫਿਲਮ ਨੇ ਇੰਜੋਏ ਤਾਂ ਕਰਾਇਆ ਹੀ ਹੈ ਅਤੇ ਵਧੀਆ ਉਹ ਸੀਗਾ। ਸੋ ਅਸੀਂ ਜਿੰਨੇ ਵੀ ਦਰਸ਼ਕ ਇੱਥੇ ਅੱਜ ਮੂਵੀ ਦੇਖਣ ਆਏ ਹੋਏ ਆ ਤਾਂ ਤੁਸੀਂ ਆਪ ਹੀ ਸੁਣ ਲਿਆ ਹੋਣਾ ਕਿ ਮੂਵੀ ਕਿੰਨੀ ਜ਼ਬਰਦਸਤ ਹੈਗੀ ਹੈ। ਇੱਕ ਹੁੰਦਾ ਕਿ ਅਸੀਂ ਪਰਿਵਾਰ ਦੇ ਨਾਲ ਆਉਂਦੇ ਹਾਂ ਤਾਂ ਬਾਅਦ 'ਚ ਮਾਯੂਸ ਹੋ ਕੇ ਜਾਂਦੇ ਹਾਂ, ਪਰ ਇਹ ਜਿਹੜੀ ਮੂਵੀ ਹੈ
ਇੱਕ ਪੈਸਾ ਵਸੂਲ ਮੂਵੀ ਹੈ। ਇੱਕ ਸੈਕਸ਼ਨ 'ਤੇ ਇਹ ਕਹਿਤਾ ਕਿ ਜਿਹਦੇ ਜਿਹੜੀ ਮੂਵੀ ਜਿਹਨੂੰ ਨਾ ਚੰਗੀ ਲੱਗੇ ਤਾਂ ਮੇਰੇ ਕੋਲ ਪੈਸੇ ਲੈ ਸਕਦਾ। ਤਾਂ ਅਜਿਹੀਆਂ ਮੂਵੀਆਂ ਨੂੰ ਸਾਨੂੰ ਪਿਆਰ ਕਰਨਾ ਚਾਹੀਦਾ ਜਿਸ ਦੇ ਨਾਲ ਪੰਜਾਬੀ ਸਿਨੇਮਾ ਹੋਰ ਵੱਧਦਾ ਅਤੇ ਫੁੱਲਦਾ ਹੈ। ਸੋ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਨਾਲ। ਕੈਮਰਾ ਪਰਸਨ ਰਮੇਸ਼ ਅਤੇ ਨਾਲ ਸੰਦੀਪ ਕੰਬੋਸ਼ ਮੋਹਾਲੀ ਤੋਂ।